ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪਜੀ ਦਾ ਸਵਾਗਤ ਹੈ ਦੋਸਤੋ ਚਾਈਲਡ ਸਾਈਕੋਲੋਜੀ ਦੇ ਨਾਲ ਸੰਬੰਧਤ ਅੱਜ ਦਾ ਆਪਣਾ ਲੈਕਚਰ ਹੈਗਾ ਪੀਐਸ ਟੈਟ ਦਾ ਪੇਪਰ ਹੋਣ ਜਾ ਰਿਹਾ 24 ਦਸੰਬਰ ਨੂੰ ਸੋ ਇੱਕ ਦਿਨ ਬਾਕੀ ਹੈ ਅੱਜ ਤੁਹਾਡੇ ਲਈ ਆਪਾਂ ਦੋ ਤਿੰਨ ਲੈਕਚਰ ਲੈ ਕੇ ਆਵਾਂਗੇ ਸੀਡੀਪੀ ਦੇ ਨਾਲ ਸੰਬੰਧਤ ਚਾਈਲਡ ਸਾਈਕੋਲੋਜੀ ਦੇ ਨਾਲ ਸੰਬੰਧਤ ਇਸੇ ਤਰ੍ਹਾਂ ਹੀ ਐਸਐਸਟੀ ਦੇ ਨਾਲ ਸੰਬੰਧਤ ਜਿਹੜੇ ਦੋਸਤਾਂ ਨੇ ਪੰਜਾਬੀ ਦੀ ਤਿਆਰੀ ਕਰਨੀ ਸੀਗੀ ਆਪਣੇ ਜਾਂ ਪੰਜਾਬੀ ਦੇ ਹੁਣ ਲੈਕਚਰ ਸੁਣਨੇ ਨੇ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ ਪੰਜਾਬੀ ਵਿਆਕਰਨ ਨਾਲ ਸੰਬੰਧਤ ਸਾਰੇ ਤਰ੍ਹਾਂ ਦੇ ਪ੍ਰਸ਼ਨ ਉੱਤਰ ਤੁਹਾਨੂੰ ਮਿਲਣਗੇ ਉਥੋਂ 10 ਕ ਵੀਡੀਓ ਹੈਗੀਆਂ ਨੇ ਲੈਕਚਰ ਉਹ ਤੁਸੀਂ ਸੁਣ ਸਕਦੇ ਹੋ ਸਾਰਾ ਲੈਕਚਰ ਤੁਹਾਡਾ ਜਿਹੜਾ ਹੈਗਾ ਸਾਰਾ ਗ੍ਰਾਮਰ ਹੈ ਜਿਹੜੀ ਉਹ ਕਵਰ ਹੋ ਜੂਗੀ ਇੱਕ ਸਪੈਸ਼ਲ ਵੀਡੀਓ ਵੀ ਹੈਗੀ ਆਪਣੀ ਜੀ ਦੇ ਵਿੱਚ ਸਾਰਾ ਆਪਾਂ ਗ੍ਰਾਮਰ ਕਰਵਾਇਆ ਹੋਇਆ ਪੰਜਾਬੀ ਨਾਲ ਸੰਬੰਧਿਤ ਸੋ ਸਾਇੰਸ ਨਾਲ ਸੰਬੰਧਿਤ ਜੇਕਰ ਲੈਕਚਰ ਸੁਣਨੇ ਆ ਉਹ ਵੀ ਪਲੇਲਿਸਟ ਦੇ ਵਿੱਚ ਸੁਣ ਸਕਦੇ ਹੋ ਐ ਐਸਐਸਟੀ ਨਾਲ ਸੰਬੰਧਿਤ ਵੀ ਸੋ ਅੱਜ ਦਾ ਜਿਹੜਾ ਲੈਕਚਰ ਆਪਣਾ ਚਾਈਲਡ ਸਾਈਕੋਲੋਜੀ ਦੇ ਨਾਲ ਸੰਬੰਧਿਤ ਹੈ ਜਿਹੜੇ ਦੋਸਤ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੁਰੂ ਕਰ ਲਈਏ ਜੀ ਪਹਿਲਾ ਪ੍ਰਸ਼ਨ ਸੋ ਇੱਕ ਨੋਟ ਕਰਵਾ ਦਈਏ ਆਪਾਂ ਇੱਕ ਆਪ 1200 ਪ੍ਰਸ਼ਨ ਦੀ ਫਾਈਲ ਤਿਆਰ ਕੀਤੀ ਹੈ 1200 ਪ੍ਰਸ਼ਨ ਦੀ ਬਹੁਤ ਜ਼ਿਆਦਾ ਬੱਚੇ ਲੈ ਰਹੇ ਨੇ ਐਸਐਸਟੀ ਨਾਲ ਸੰਬੰਧਿਤ ਸਿਰਫ ਜੇ ਤੁਸੀਂ 3 ਘੰਟੇ 3 ਘੰਟੇ 2.5 3 ਘੰਟੇ ਸੁਣ ਲਓ ਇਸ ਨੂੰ ਦੇਖ ਲਓ ਮਤਲਬ ਪੜ੍ਹ ਲਓ ਤਾਂ 1200 ਪ੍ਰਸ਼ਨ ਦੀ ਪ੍ਰੈਕਟਿਸ ਹੋ ਜਾਊਗੀ ਤੁਹਾਡੀ ਜੇ ਕਿਸੇ ਨੇ ਇਹ ਲੈਣੀ ਹੋਈ ਤਾਂ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਿਆ ਹੋਇਆ ਪਿਛਲੀਆਂ ਵੀਡੀਓਾਂ ਦੇ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਨੂੰ ਪ੍ਰਾਪਤ ਹੋ ਜੂਗੀ ਅਖੀਰ ਦੇ ਵਿੱਚ ਆਪਾਂ ਨੋਟ ਕਰਾ ਲ ਦੇਾਂਗੇ ਵੀ ਕਿਹੜੇ ਨੰਬਰ ਤੇ ਮੈਸੇਜ ਕਰਨਾ ਸੋ ਸ਼ੁਰੂ ਕਰ ਲਈਏ ਪਹਿਲਾ ਪ੍ਰਸ਼ਨ ਵਿਕਾਸ ਦੀ ਪ੍ਰਕਿਰਤੀ ਹੈ ਸੀਮਤ ਨਿਰੰਤਰ ਪਰਿਪੱਕਤਾ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੋ ਵਿਕਾਸ ਦੀ ਜਿਹੜੀ ਪ੍ਰਕਿਰਤੀ ਆ ਉਹ ਨਿਰੰਤਰ ਹੁੰਦੀ ਹੈ ਦੋਸਤੋ ਇਹ ਲਗਾਤਾਰ ਚੱਲਦੀ ਹੈ ਵਿਕਾਸ ਆ ਜਿਹੜਾ ਗਰਭ ਤੋਂ ਸ਼ੁਰੂ ਹੋ ਜਾਂਦਾ ਹੈ ਜਨਮ ਤੋਂ ਸ਼ੁਰੂ ਹੋ ਜਾਂਦਾ ਹੈ ਗਰਭ ਦੇ ਵਿੱਚ ਹੀ ਸ਼ੁਰੂ ਹੋ ਜਾਂਦਾਗਾ ਸੋ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਹੀ ਮਤਲਬ ਵਿਕਾਸ ਸ਼ੁਰੂ ਹੋ ਚੁੱਕਿਆ ਹੁੰਦਾ ਇੱਕ ਬੱਚੇ ਦਾ ਤੇ ਜਨਮ ਤੋਂ ਲੈ ਕੇ ਗਰਭ ਤੋਂ ਲੈ ਕੇ ਮੌਤ ਤੱਕ ਚੱਲਦਾ ਨਿਰੰਤਰ ਚੱਲਦਾ ਵਿਕਾਸ ਜਿਹੜਾ ਵਾਅਦਾ ਹੁੰਦਾ ਉਹ ਵਿਕਾਸ ਦੀ ਹੀ ਟਰਮ ਹੁੰਦੀ ਆ ਵਿਕਾਸ ਦੇ ਵਿੱਚ ਹੀ ਹੁੰਦਾ ਵਾਅਦਾ ਸੋ 2020 ਸਾਲ ਤੱਕ ਜਾ ਕੇ ਥੋੜਾ ਜਿਹਾ ਸਲੋ ਹੋ ਜਾਂਦਾ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਵਿਕਾਸ ਦੀ ਪ੍ਰਕਿਰਤੀ ਆਪਸ਼ਨ ਨੰਬਰ 2 ਸਹੀ ਹੈ ਨਿਰੰਤਰ ਹੈਗੀ 2 ਨੰਬਰ ਪ੍ਰਸ਼ਨ ਚਿੰਤਨ ਕਲਪਨਾ ਯਾਦ ਯਾਦਾਸਤ ਇਕਾਗਰਤਾ ਅਵਲੋਕਣ ਕਿਸ ਵਿਕਾਸ ਅਧੀਨ ਆਉਂਦੇ ਨੇ ਮਤਲਬ ਜਦੋਂ ਆਪਾਂ ਚਿੰਤਨ ਕਰਦੇ ਆ ਕਿਸੇ ਕਲਪਨਾ ਕਰਦੇ ਆ ਸਾਡੀ ਯਾਦਦਾਸ਼ਤ ਹੈ ਕੋਈ ਵੀ ਮੈਮਰੀ ਹੈ ਜਿਹੜੀ ਸਾਡੀ ਅਸੀਂ ਇਕਾਗਰ ਕਰ ਲੈਨੇ ਆ ਕਿਤੇ ਮਨ ਨੂੰ ਅਵਲੋਕਣ ਕਰ ਲੈਨੇ ਆ ਕਿਸੇ ਚੀਜ਼ ਦਾ ਹਨਾ ਮੁਲਾਂਕਣ ਕਰ ਲੈਨੇ ਆ ਇਹ ਵਿਕਾਸ ਕਿਹੜੇ ਅਧੀਨ ਆਉਂਦਾ ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਨੇਗੀਆਂ ਤੇ ਇਹ ਕਿਹੜੀ ਕਿਸਮ ਦਾ ਵਿਕਾਸ ਹੈ ਇਹ ਸਾਡਾ ਮਾਨਸਿਕ ਵਿਕਾਸ ਹੈ ਸਮਾਜਿਕ ਵਿਕਾਸ ਭਾਵਨਾਤਮਿਕ ਵਿਕਾਸ ਜਾਂ ਨੈਤਿਕ ਵਿਕਾਸ ਦੇਖੋ ਇਹ ਸਮਾਜਿਕ ਵਿਕਾਸ ਨਹੀਂ ਹੈਗਾ ਭਾਵਨਾ ਵੀ ਨਹੀਂ ਹੈਗੀਆਂ ਸਾਡੀਆਂ ਇਹ ਹਨ ਚਿੰਤਨ ਕਰਨਾਂ ਕੋਈ ਭਾਵਨਾ ਨਹੀਂ ਹੁੰਦੀ ਨੈਤਿਕ ਤੇ ਵੀ ਨਹੀਂ ਆਉਂਦਾ ਸੋ ਇਹ ਮਾਨਸਿਕ ਨਾਲ ਜੁੜੂਗੀ ਗੱਲ ਸਾਡੀ ਬੁੱਧੀ ਨਾਲ ਜੁੜੂਗੀ ਗੱਲ ਮਾਨਸਿਕ ਵਿਕਾਸ ਆਹੇ অপਸ਼ਨ ਨੰਬਰ 1 ਸਹੀ ਆ ਤਿੰਨ ਨੰਬਰ ਪ੍ਰਸ਼ਨ ਜੀ ਵਿਕਾਸ ਜਾਂਦਾ ਹੈ ਸਧਾਰਨ ਤੋਂ ਵਿਸ਼ੇਸ਼ ਵੱਲ ਵਿਸ਼ੇਸ਼ ਤੋਂ ਸਧਾਰਨ ਵੱਲ ਬਰਾਬਰ ਤੌਰ ਤੇ ਸਧਾਰਨ ਅਤੇ ਵਿਸ਼ੇਸ਼ ਇਹਨਾਂ ਵਿੱਚੋਂ ਕੋਈ ਵੀ ਨਹੀਂ ਪਹਿਲਾਂ ਵੀ ਪ੍ਰਸ਼ਨ ਇਹ ਕਰਵਾਇਆ ਹੋਇਆ ਆਪਾਂ ਵਿਕਾਸ ਹਮੇਸ਼ਾ ਜਾਂਦਾ ਹੈ ਜੀ ਸਧਾਰਨ ਤੋਂ ਵਿਸ਼ੇਸ਼ ਵੱਲ ਸਧਾਰਨ ਤੋਂ ਵਿਸ਼ੇਸ਼ ਵੱਲ ਮੰਨ ਲਓ ਪਹਿਲਾਂ ਤੁਹਾਡੇ ਹੱਥ ਦੀ ਹਥੇਲੀ ਤਿਆਰ ਹੋਗੀ ਹਥੇਲੀ ਤਿਆਰ ਹੋਗੀ ਜਿਹੜੀਆਂ ਉਂਗਲਾਂ ਨੇਗੀਆਂ ਖਾਸ ਚੀਜ਼ਾਂ ਨੇ ਉਂਗਲਾਂ ਅੰਗੂਠਾ ਨੇਗੀਆਂ ਇਹ ਬਾਅਦ ਚ ਵਿਸ਼ੇਸ਼ ਵਿਕਾਸ ਆ ਇਹ ਬਾਅਦ ਚ ਮਤਲਬ ਗ੍ਰੋਥ ਕਰਨੀ ਆ ਸੋ ਪਹਿਲਾ ਹਥੇਲੀ ਦਾ ਵਿਕਾਸ ਹੋਊਗਾ ਮਤਲਬ ਜਦੋਂ ਬੱਚਾ ਬਹੁਤ ਛੋਟਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਹਥੇਲੀ ਨਾਲ ਫੜਦਾ ਜੇ ਉਹਨੂੰ ਤੁਸੀਂ ਪੈਨ ਫੜਾਉਣੇ ਹੋ ਨਾ ਤਾਂ ਉਹ ਇਕੱਲੀਆਂ ਉਂਗਲਾਂ ਨਾਲ ਨਹੀਂ ਫੜਦਾ ਪੂਰੀ ਹਥੇਲੀ ਦੀ ਵਰਤੋਂ ਕਰਦਾ ਜੇਕਰ ਤੁਸੀਂ ਉਹਨੂੰ ਰੋਟੀ ਫੜਾਉਣੇ ਤਾਂ ਉਹ ਪੂਰੀ ਮਤਲਬ ਮੁਠੀ ਦੇ ਵਿੱਚ ਲੈ ਕੇ ਰੋਟੀ ਨੂੰ ਖਾਣ ਦੀ ਕੋਸ਼ਿਸ਼ ਕਰਦਾ ਸੋ ਇੱਥੋਂ ਤੁਸੀਂ ਇਹ ਸਮਝ ਸਕਦੇ ਹੋ ਵਿਕਾਸ ਹੈ ਜਿਹੜਾ ਉਹ ਸੁਧਾਰਨ ਤੋਂ ਵਿਸ਼ੇਸ਼ ਵੱਲ ਵਧਦਾ ਹੈ ਜੀ ਆਪਸ਼ਨ ਨੰਬਰ 1 ਸਹੀ ਆ 4 ਨੰਬਰ ਪ੍ਰਸ਼ਨ ਹੈ ਲਿਖਿਆ ਵਿੱਚੋਂ ਕਿਸਤੇ ਇੱਕ ਬੱਚੇ ਦਾ ਵਿਕਾਸ ਨਿਰਪਰ ਕਰਦਾ ਹੈ ਉਸਦੇ ਵਾਧੇ ਤੇ ਉਸਦੇ ਵਾਤਾਵਰਨ ਤੇ ਉਸਦੀ ਮਾਨਸਿਕਤਾ ਤੇ ਵਾਤਾਵਰਨ ਦੁਆਰਾ ਉਸਦੀ ਬੁੱਧੀ ਅਤੇ ਪਰਪਕਸ਼ਤਾ ਤੇ ਸੋ ਕਿਹੜੀ ਆਪਸ਼ਨ ਸਹੀ ਹੂ ਵੀ ਹੈਡ ਲਿਖਿਆਂ ਦੇ ਵਿੱਚੋਂ ਕਿਸੇ ਤੇ ਇੱਕ ਬੱਚੇ ਦਾ ਵਿਕਾਸ ਨਿਰਪਰ ਕਰਦਾ ਵਾਤਾਵਰਨ ਦੁਆਰਾ ਉਸਦੀ ਬੁੱਧੀ ਅਤੇ ਪਰਪਕਸ਼ਤਾ 4 ਨੰਬਰ ਆਪਸ਼ਨ ਸਹੀ ਹੈਗੀ ਆਪਸ਼ਨ ਨੰਬਰ 4 ਸਹੀ ਹੈ ਜੀ ਇਹ ਤੇ ਨਿਰਪਰ ਕਰਦਾ ਕਿਸੇ ਬੱਚੇ ਦਾ ਵਿਕਾਸ ਵਾਤਾਵਰਣ ਉਸ ਦੀ ਬੁੱਧੀ ਅਤੇ ਪਰਿਪੱਕਤਾ ਤੇ 5 ਨੰਬਰ ਪ੍ਰਸ਼ਨ ਬਚਪਨ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਨੇ ਬਚਪਨ ਦੀ ਅਵਸਥਾ ਹੁੰਦੀ ਹੈ ਜਿਹੜੀ ਮਤਲਬ ਉਹਦੀਆਂ ਕਿਹੜੀਆਂ ਮਤਲਬ ਜਿਵੇਂ 6 ਤੋਂ ਲੈ ਕੇ ਨਾ 6 ਤੋਂ ਲੈ ਕੇ 12 ਸਾਲ ਮਤਲਬ ਲੇਟਰ ਚਾਈਲਡਹੂਡ ਆ ਜਾਂਦਾ ਹੈ ਬਚਪਨ ਕਾਲ ਦਾ ਮੁੱਖ ਪੀਰੀਡ ਹੁੰਦਾ ਹੈ ਵੈਸੇ ਤਾਂ 2 ਤੋਂ 12 ਸਾਲ ਦਾ ਮੰਨਿਆ ਜਾਂਦਾ ਹੈ ਬਚਪਨ ਸੋ ਇਹਦੋਂ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਸ ਸਮੇਂ ਦੇ ਵਿੱਚ ਇਸ ਉਮਰ ਦੇ ਵਿੱਚ ਸਰੀਰਕ ਵਿਕਾਸ ਦੀਆਂ ਸਮੱਸਿਆਵਾਂ ਸਮਾਜੋਜਨ ਦੀਆਂ ਸਮੱਸਿਆਵਾਂ ਭਾਵਨਾਤਮਕ ਕਹਿੰਦੇ ਸੈਕਸ ਸੰਬੰਧੀ ਸਮੱਸਿਆਵਾਂ ਉਪਰੋਕਤ ਸਾਰੇ ਸੋ ਬਚਪਨ ਦੀਆਂ ਮੁੱਖ ਸਮੱਸਿਆਵਾਂ ਦੇ ਵਿੱਚ ਭਾਵਨਾਤਮਕ ਸਮੱਸਿਆਵਾਂ ਤੇ ਸੈਕਸ ਸੰਬੰਧੀ ਸਮੱਸਿਆਵਾਂ ਆ ਜਾਂਦੀਆਂ ਨੇ অপਸ਼ਨ ਨੰਬਰ 3 ਸਹੀ ਹੈ ਉਹਦੀਆਂ ਭਾਵਨਾਵਾਂ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀਆਂ ਨਵੀਆਂ ਨਵੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ सेक्स ਸੰਬੰਧੀ ਕਹਿ ਸਕਦੇ ਆ ਵੀ ਉਹ ਨਾ ਕੁੜੀ ਮੁੰਡੇ ਦੇ ਵਿੱਚ ਡਿਫਰੈਂਸ ਉਹਦੋਂ ਸ਼ੁਰੂ ਹੁੰਦਾ ਉਹ ਮਤਲਬ ਉਹ ਪਤਾ ਲੱਗਦਾ ਉਹਨੂੰ ਵੀ ਮੈਂ ਮੇਰੇ ਮੈਂ ਕਿਸ ਤਰ੍ਹਾਂ ਦਾ ਮੇਰਾ ਸਰੀਰ ਘਟਾਂਜਾਗਾ ਸੋ ਇਹ ਇਸ ਤਰ੍ਹਾਂ ਦੀ ਉਹਨੂੰ ਇਹ ਇਹ ਚੀਜ਼ ਸੋਝੀ ਆਉਣ ਦੀਆਂ ਨਾ ਤੇ ਮਤਲਬ ਉਲਝਣ ਰਹਿੰਦੀ ਹੈ ਇਹ ਸੋਝੀ ਹੋ ਇੱਥੇ ਆਉਂਦੀ ਆ ਉਹਨੂੰ ਇਹ ਇੱਥੇ ਹੋਲਜਨ ਚ ਰਹਿੰਦਾ ਇਸ ਪੀਰੀਅਡ ਚ ਬਚਪਨ ਦੇ ਚ ਇਹ ਤੋਂ ਲੰਘਦਿਆਂ ਸਾਲੀ ਇਹਦੇ ਅਖੀਰ ਦੇ ਵਿੱਚ ਹੀ ਉਹਨੂੰ ਇਹ ਸਾਰਾ ਕਲੀਅਰ ਹੁੰਦਾ ਆਪਦੇ ਬਾਰੇ ਦੇ ਵਿੱਚ ਸੁਭਾਵਨਾਵਾਂ ਦੇ ਬਾਰੇ ਦੇ ਵਿੱਚ ਸਰੀਰ ਕਟਾਂਚੇ ਦੇ ਬਾਰੇ ਦੇ ਵਿੱਚ ਸੋ ਆਪਸ਼ਨ ਨੰਬਰ 3 ਸਹੀ ਹੈ ਦੋਸਤੋ। ਵਾਧਾ ਤੇ ਵਿਕਾਸ ਹਨ ਇਹ ਤੁਹਾਨੂੰ ਪਹਿਲਾਂ ਕਰਾਇਆ ਇੱਕ ਦੂਜੇ ਦੇ ਪੂਰਕ ਆਪਸ਼ਨ ਨੰਬਰ 3 ਸਹੀ ਹੈ ਵਾਧਾ ਤੇ ਵਿਕਾਸ ਇੱਕ ਦੂਜੇ ਦੇ ਪੂਰਕ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵਿਕਾਸ ਇੱਕ ਵੱਡੀ ਟਰਮ ਹੈ ਜਿਹੜਾ ਗਰਭ ਤੋਂ ਕਹਿ ਲਓ ਜਾਂ ਜਨਮ ਤੋਂ ਕਹਿ ਲਓ ਮੌਤ ਚੱਕ ਚੱਲਦਾ ਹੈ ਜਿਹੜਾ ਵਾਧਾ ਉਹਦੇ ਵਿੱਚ ਹੈ ਵਿਕਾਸ ਦੇ ਵਿੱਚ ਹੀ ਵਾਧਾ ਹੁੰਦਾ ਹੈ ਵਾਧਾ ਮਤਲਬ 22-23 ਸਾਲ ਤੱਕ ਜਾ ਕੇ ਸਲੋ ਹੋ ਜਾਂਦਾ ਹੈ ਤੁਸੀਂ ਇਹ ਗੱਲ ਨੂੰ ਯਾਦ ਰੱਖਿਓ ਇੱਕ ਦੂਜੇ ਦੇ ਭੂਰਕ ਹਨ ਆਪਸ਼ਨ ਨੰਬਰ 3 ਸਹੀ ਹੈ 7 ਨੰਬਰ ਪ੍ਰਸ਼ਨ ਬਾਲ ਵਿਕਾਸ ਡੈਸ਼ ਦਾ ਅਧਿਆਨ ਹੈ ਬੱਚੇ ਦੇ ਬੱਚੇ ਦਾ ਵਿਹਾਰ ਤੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਵਿਕਾਸ ਬੱਚੇ ਦੇ ਵਿਕਾਸ ਦੇ ਵੱਖ-ਵੱਖ ਖੇਤਰ ਉਪਰੋਕਤ ਸਾਰੇ ਸੋ ਬਾਲ ਵਿਕਾਸ ਡੈਸ਼ ਦਾ ਅਧਿਆਨ ਸੋ ਇਹ ਅਪ੍ਰੋਗਤ ਸਾਰੇ ਆਊਗਾ ਆਪਸ਼ਨ ਨੰਬਰ 4 ਸਹੀ ਹੋਊਗਾ ਬੱਚੇ ਦਾ ਵਿਵਹਾਰ ਵੀ ਇਹਦੇ ਵਿੱਚ ਸ਼ਾਮਲ ਹੁੰਦਾ ਹੈ ਤੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਵਿਕਾਸ ਬੱਚੇ ਦੇ ਵਿਕਾਸ ਦੇ ਵੱਖ-ਵੱਖ ਖੇਤਰ ਆਪਸ਼ਨ ਨੰਬਰ 4 ਸਹੀ ਹੈ ਜੀ 8 ਨੰਬਰ ਪ੍ਰਸ਼ਨ ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ ਤੁਸੀਂ ਉਹਨਾਂ ਨੂੰ ਪੜ੍ਹਾਉਂਗੇ ਕਲਾਸ ਦੇ ਨਾਲ ਉਚੇਰੀਆਂ ਕਲਾਸਾਂ ਨਾਲ ਸਮਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਕੇਵਲ ਉਦੋਂ ਜਦੋਂ ਉਹ ਚਾਹਣ ਮਤਲਬ ਇੱਕ ਤੁਹਾਡੀ ਕਲਾਸ ਹੈ 20-22 ਬੱਚਿਆਂ ਦੀ ਉਹਦੇ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਨੇ ਥੋੜੇ ਜਿਹਾ ਜ਼ਿਆਦਾ ਇੰਟੈਲੀਜੈਂਟ ਨੇ ਵਿਸ਼ੇਸ਼ ਤੌਰ ਤੇ ਬੁੱਧੀਮਾਨ ਨੇ ਉਹਨਾਂ ਨੂੰ ਕਿਵੇਂ ਵਧਾਏ ਜਾਊਗਾ ਸਮਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਆਪਸ਼ਨ ਨੰਬਰ 3 ਸਹੀ ਆ ਆਪਸ਼ਨ ਨੰਬਰ 3 ਸਹੀ ਹੈ ਜਿਸ ਸਮਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਵਿਸ਼ੇਸ਼ ਤੌਰ ਤੇ ਬੁੱਧੀਮਾਨ ਬੱਚਿਆਂ ਨੂੰ ਆਪਣੀ ਕਲਾਸ ਵਿੱਚ ਇੱਕ ਦੇਹੱਕ ਵਧਾਊਗਾ ਤਨ ਆਪਸ਼ਨ ਸਹੀ ਨੌ ਨੰਬਰ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਵਿਕਾਸ ਨਾਲ ਸੰਬੰਧਿਤ ਨਹੀਂ ਹੈ ਯੋਗਤਾ ਵਿੱਚ ਵਾਧਾ ਵਿਵਹਾਰ ਵਿੱਚ ਤਬਦੀਲੀ ਸੁਭਾਅ ਤੇ ਮਨੋਵਿਰਤੀ ਅਤੇ ਤਬਦੀਲੀ ਆਕਾਰ ਵਿੱਚ ਤਬਦੀਲੀ ਸੋ ਇਹਨਾਂ ਵਿੱਚੋਂ ਕਿਹੜਾ ਵਿਕਾਸ ਨਾਲ ਸੰਬੰਧਿਤ ਨਹੀਂ ਹੈ ਜੀ ਸੋ অপਸ਼ਨ ਨੰਬਰ 3 ਸਹੀ ਹੈ ਦੇਖੋ ਇਹ ਵਿਕਾਸ ਨਾਲ ਸੰਬੰਧਿਤ ਨਹੀਂ ਆਉਂਦਾ ਸੁਭਾਅ ਅਤੇ ਮਨੋਵਿਰਤੀ ਤੁਹਾਡਾ ਜਿਹੜਾ ਸੁਭਾਅ ਹੈ ਹਨਾ ਇਹ ਵਿਕਾਸ ਨਾਲ ਕੋਈ ਇਹਦਾ ਲੈਣਾ ਦੇਣਾ ਨਹੀਂ ਹੈਗਾ ਵੀ ਤੁਹਾਡਾ ਸੁਭਾਅ ਕਹੇ ਜਾ ਯੋਗਤਾ ਵਿੱਚ ਵਾਧਾ ਤੁਹਾਡੀ ਯੋਗਤਾ ਦੇ ਵਿੱਚ ਤੁਹਾਡੀ ਬੁੱਧੀ ਦੇ ਵਿੱਚ ਵਾਧਾ ਹੋ ਰਿਹਾ ਉਹ ਵਿਕਾਸ ਹੈ ਤੁਹਾਡੇ ਵਿਵਹਾਰ ਦੇ ਵਿੱਚ ਤਬਦੀਲੀ ਆ ਰਹੀ ਹੈ ਤੁਸੀਂ ਅੱਜ ਕਿਸੇ ਚੀਜ਼ ਨੂੰ ਜਾਣਦੇ ਨਹੀਂ ਸੀ ਕੱਲ ਨੂੰ ਸਿੱਖ ਗਏ ਸੋ ਤੁਹਾਡਾ ਵਿਵਹਾਰ ਚੇਂਜ ਹੋ ਗਿਆ ਆਕਾਰ ਤੁਹਾਡੇ ਸਰੀਰ ਦੇ ਵਿੱਚ ਤਬਦੀਲੀ ਆ ਰਹੀ ਹੈ ਜੇ ਤੁਸੀਂ ਮਤਲਬ ਛੋਟੇ ਬੱਚੇ ਸੀ ਤਾਂ ਅਗਲੇ ਸਾਲਾਂ ਦੇ ਵਿੱਚ ਵੱਡੇ ਹੋਗੇ ਸੋ ਤੁਹਾਡੇ ਆਕਾਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਸਭਾ ਇੱਥੇ ਕੋਈ ਟਰਮ ਨਹੀਂ ਬਣਦੀ ਵਿਕਾਸ ਦੇ ਨਾਲ ਸੰਬੰਧਤ ਆਪਸ਼ਨ ਨੰਬਰ 3 ਸਹੀ ਹੈ ਜੀ 10 ਨੰਬਰ ਪ੍ਰਸ਼ਨ ਕਰ ਲਈਏ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਵਾਧੇ ਅਤੇ ਵਿਕਾਸ ਬਾਰੇ ਸਹੀ ਨਹੀਂ ਹੈ ਬਾਧਾ ਮਾਤਰਾਤਮਕ ਮਾਤਰਾਤਮਕ ਅਤੇ ਵਿਕਾਸ ਗੁਣਾਤਮਕ ਹੈ ਵਾਧੇ ਦੇ ਵਿੱਚ ਟਾਂਚੇ ਵਿੱਚ ਤਬਦੀਲੀਆਂ ਸ਼ਾਮਲ ਹੁੰਦੀਆਂ ਹਨ ਨਾ ਕਿ ਕਾਰਜ ਕਿਸ਼ੋਰ ਅਵਸਥਾ ਤੋਂ ਬਾਅਦ ਸਰੀਰਕਵਾਦ ਦਾ ਹੌਲੀ ਹੋ ਜਾਂਦਾ ਹੈ ਵਿਕਾਸ ਇੱਕ ਨਿਰ ਨਿਰੰਤਰ ਪ੍ਰਕਿਰਿਆ ਹੈ ਸੋ ਸਹੀ ਨਹੀਂ ਹੈ ਪੁੱਛਿਆ ਹੋਇਆ ਇਹਦੇ ਵਿੱਚ ਇਹ ਰੱਖਿਓ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਵਾਧੇ ਅਤੇ ਵਿਕਾਸ ਬਾਰੇ ਸਹੀ ਨਹੀਂ ਹੈ ਸੋ ਇਹ ਆਪਸ਼ਨ ਨੰਬਰ 4 ਸਹੀ ਆਊਗਾ 1 ਮਿੰਟ ਆਪਾਂ ਇਹਨੂੰ ਥੋੜਾ ਜਿਆਦਾ ਦੁਬਾਰੇ ਵਾਚ ਕਰਦੇ ਹਾਂ